ਨਮਸਤੇ ਐਵਰੀਵਨ ਐਂਡ ਵੈਲਕਮ ਬੈਕ ਟੂ ਆਰ ਚੈਨਲ। ਕਾਫੀ ਦਿਨਾਂ ਬਾਅਦ ਮਿਲ ਰਹੇ ਹਾਂ ਅਸੀਂ, ਕਾਫੀ ਬਿਜ਼ੀ ਸੀ ਬਟ ਵੀ ਆਰ ਬੈਕ ਔਨ ਟਰੈਕ। ਅਤੇ ਆਪਾਂ ਫਿਰ ਤੋਂ ਵੀਡੀਓਜ਼ ਵਗੈਰਾ ਆਪਾਂ ਸਟਾਰਟ ਕਰ ਦੇਣੀਆਂ ਨੇ ਪਾਣੀਆਂ। ਐਂਡ ਥੈਂਕ ਯੂ ਸੋ ਮਚ, ਆਪਾਂ ਆਈ ਥਿੰਕ 350 ਸਬਸਕ੍ਰਾਈਬਰਸ ਹਿੱਟ ਕਰ ਲਏ ਹੋਏ ਆ, ਸੋ ਥੈਂਕ ਯੂ ਸੋ ਮਚ ਫੋਰ ਦੈਟ। ਥੋੜ੍ਹਾ ਜਿਹਾ ਹੋਰ ਸਬਸਕ੍ਰਾਈਬਰ ਕਾਊਂਟ ਰਹਿ ਗਿਆ ਅਤੇ ਸਾਡਾ ਜਿਹੜਾ ਫਸਟ ਮਾਈਲ ਸਟੋਨ ਆ 500 ਸਬਸ ਦਾ, ਉਹ ਵੀ ਆਪਾਂ ਜਲਦੀ ਜਲਦੀ ਰੀਚ ਕਰ ਲਵਾਂਗੇ। ਅੱਜ ਦੀ ਜਿਹੜੀ ਵੀਡੀਓ ਹੈ ਉਹ ਆਪਾਂ DIY ਬਣਾਵਾਂਗੇ, ਘਰ ਆਪਾਂ ਬਣਾਵਾਂਗੇ ਇੱਕ ਬੇਕਰਸ ਕੈਪ ਅਤੇ ਨਾਲੇ ਅ ਕੇਕ ਟੋਪਰ। ਅਤੇ ਜਿਹੜੇ ਬੇਕਿੰਗ ਦੇ ਸ਼ੈਫ ਕੈਪਸ ਵਗੈਰਾ ਨੇ ਉਹ ਸਾਨੂੰ ਕਿਸੇ ਟੋਏ ਸ਼ੋਪਸ ਤੋਂ ਲੈਣ ਦੀ ਜ਼ਰੂਰਤ ਨਹੀਂ, ਇਹ ਈਜ਼ੀਲੀ ਘਰ A4 ਸਾਈਜ਼ ਦੇ ਪੇਪਰ ਦੇ ਨਾਲ ਬਣ ਜਾਣੀਆਂ। ਇਹ ਆਪਾਂ ਅੱਗੇ ਅੱਗੇ ਵੀਡੀਓ 'ਚ ਸ਼ੋਅ ਕਰਾਂਗੇ ਕਿਵੇਂ। ਅਤੇ ਪਲੱਸ ਜਿਹੜਾ ਸਾਡਾ ਕੇਕ ਟੋਪਰ ਆ, ਕਾਫੀ ਐਕਸਪੈਂਸਿਵ ਸੀ ਜਦੋਂ ਆਪਾਂ ਪੁੱਛਿਆ, ਹਾਫ ਵੇ ਟੂ ਵਨ ਵਾਲਾ $35, $25 ਟੂ ਮੱਚ, ਔਰ ਵਰਥ ਇਟ ਵੀ ਨਹੀਂ ਹੁੰਦਾ, ਬਾਹਰੋਂ ਲੈ ਕੇ ਰੱਖ ਲਵੋ ਇੰਨਾ ਮਹਿੰਗਾ। ਅਤੇ ਆਪਾਂ ਸੋਚਿਆ ਮੈਂ ਘਰ ਬਣਾ ਲੂੰਗੀ, ਔਰ ਇੱਕ ਤਰ੍ਹਾਂ ਨਾਲ ਮੈਮਰੀ ਵੀ ਹੋ ਜੂਗੀ ਸਾਡੇ ਕੀਪਸ ਇੱਕ ਬੋਕਸ ਲਈ, ਕਿਉਂਕਿ ਮੈਂ ਜਿੰਨੀਆਂ ਵੀ DIY ਚੀਜ਼ਾਂ ਬਣਾ ਰਹੀ ਹਾਂ ਉਹਨਾਂ ਨੂੰ ਇੱਕ ਬੋਕਸ ਦੇ ਵਿੱਚ ਰੱਖ ਰਹੀ ਹਾਂ, ਜਦੋਂ ਮੇਰੀ ਬਾਣੀ ਵੱਡੀ ਹੋਵੇਗੀ ਦੇਖੇਗੀ ਅਤੇ ਇੱਕ ਤਰ੍ਹਾਂ ਨਾਲ ਇਹ ਵੀ ਇੱਕ ਮੈਮਰੀ ਜੁੜ ਜਾਵੇਗੀ। ਤੋ ਲੈਟਸ ਮੂਵ ਔਨ ਟੂ ਮੇਕਿੰਗ ਦਾ ਸ਼ੈਫਸ ਹੈਟ, ਸ਼ੈਫਸ ਕੈਪ, ਐਂਡ ਉਸ ਤੋਂ ਬਾਅਦ ਆਪਾਂ ਕੇਕ ਟੋਪਰ ਬਣਾਵਾਂਗੇ। ਜੁੜੇ ਰਹੀਓ ਸਾਡੀ ਵੀਡੀਓ ਦੇ ਨਾਲ। ਸ਼ੈਫਸ ਕੈਪ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ A4 ਸਾਈਜ਼ ਦਾ ਪੇਪਰ ਲੈਣਾ ਆ ਅਤੇ ਉਹਨੂੰ ਇਸ ਤਰ੍ਹਾਂ ਦੇ ਨਾਲ ਮਿਡ ਦੇ ਵਿੱਚ ਫੋਲਡ ਕਰ ਲੈਣਾ ਹੋਰੀਜ਼ੋਂਟਲੀ। ਅਤੇ ਤੁਸੀਂ ਸੈਲੋਟੇਪ ਵੀ ਯੂਜ਼ ਕਰ ਸਕਦੇ ਹੋ, ਬਟ ਮੇਰੇ ਕੋਲ ਗਲੂ ਪਿਆ ਸੀ ਅਤੇ ਮੈਂ ਗਲੂ ਦੀ ਹੈਲਪ ਦੇ ਨਾਲ ਪੇਪਰ ਨੂੰ ਆਪਸ ਦੇ ਵਿੱਚ ਜੋੜ ਲਵਾਂਗੀ। ਜਦੋਂ ਜਿਹੜਾ ਗਲੂ ਆ ਸੁੱਕ ਜਾਏਗਾ, ਅਸੀਂ ਸੀਜ਼ਰਸ ਦੀ ਹੈਲਪ ਦੇ ਨਾਲ ਕੁਝ ਇਸ ਤਰ੍ਹਾਂ ਦੇ ਨਾਲ ਵਰਟੀਕਲ ਕੱਟਸ ਲਗਾਉਣੇ ਨੇ ਥੋੜ੍ਹੇ ਥੋੜ੍ਹੇ ਡਿਸਟੈਂਸ ਦੇ ਉੱਤੇ। ਹੁਣ ਅਸੀਂ ਕੈਪ ਨੂੰ ਜਿਹੜਾ ਹੈ ਫੋਲਡ ਕਰ ਲਵਾਂਗੇ ਔਰ ਇਸਦਾ ਮਿਡ ਫਾਈਨ ਕਰਾਂਗੇ। ਮਿਡ ਦੇ ਵਿੱਚ ਤੁਸੀਂ ਕੋਈ ਵੀ ਲੋਗੋ ਜਾਂ ਤੁਸੀਂ ਕੁਛ ਵੀ ਲਿਖਣਾ ਚਾਹੋ ਉਹ ਲਿਖ ਸਕਦੇ ਹੋ, ਅਤੇ ਮੈਂ ਇੱਥੇ ਮਾਸਟਰ ਸ਼ੈਫ ਲਿਖਣ ਵਾਲੀ ਹਾਂ। ਦਿਸ ਇਜ਼ ਇਟ, ਸਾਡੀ ਕੈਪ ਜਿਹੜੀ ਉਹ ਰੈਡੀ ਆ। ਹੁਣ ਬੇਸਿਕਲੀ ਆਪਾਂ ਕੀ ਕਰਨਾ ਆ, ਦੋਨਾਂ ਸਾਈਡਸ ਦੇ ਉੱਤੇ ਹੋਲਸ ਪੰਚ ਕਰਨੇ ਨੇ। ਕੈਪ ਨੂੰ ਯੂਜ਼ੇਬਲ ਬਣਾਉਣ ਲਈ ਆਪਾਂ ਰਿਬਨਸ ਯੂਜ਼ ਕਰਾਂਗੇ। ਜਿਹੜੇ ਆਪਾਂ ਹੋਲਸ ਪੰਚ ਕੀਤੇ ਸੀ ਉਹਨਾਂ ਦੇ ਵਿੱਚ ਆਪਾਂ ਇਹਨਾਂ ਰਿਬਨਸ ਨੂੰ ਟਾਈ ਕਰ ਲਵਾਂਗੇ। ਓਕੇ, ਤਾਂ ਮੇਰੀ ਜਿਹੜੀ DIY ਵਾਲੀ ਕੈਪ ਹੈ ਮਾਸਟਰ ਸ਼ੈਫ ਵਾਲੀ, ਉਹ ਬਿਲਕੁਲ ਰੈਡੀ ਆ। ਮੈਂ ਇੱਥੇ ਨਾ ਰਿਬਨਸ ਦੇ ਨਾਲ ਇਹਨੂੰ ਟਾਈ ਕਰ ਦਿੱਤਾ ਵਾ, ਫਿਰ ਆਪਾਂ ਅਕੋਰਡਿੰਗਲੀ ਜਿਵੇਂ ਵੀ ਸਾਨੂੰ ਈਜ਼ੀ ਲੱਗਾ ਉਸ ਤਰ੍ਹਾਂ ਆਪਾਂ ਟਾਈ ਕਰ ਲਵਾਂਗੇ ਜਦੋਂ ਵੀ ਅਸੀਂ ਫੋਟੋ ਸ਼ੂਟ ਕਰਨਾ ਹੋਇਆ। ਸੋ ਕਾਫੀ ਈਜ਼ੀ ਆ, ਆਈ ਥਿੰਕ 10 ਮਿੰਟਸ ਤੋਂ ਵੀ ਲੈਸ ਟਾਈਮ ਦੇ ਵਿੱਚ ਬਣ ਜਾਂਦੀ ਆ। ਕੋਸਟ ਇਫੈਕਟਿਵ, ਲਾਈਕ ਲਿਟਰਲੀ A4 ਸਾਈਜ਼ ਦਾ ਪੇਪਰ ਤੁਹਾਨੂੰ ਮਿਲ ਜਾਏਗਾ ਈਜ਼ੀਲੀ ਘਰ ਦੇ ਵਿੱਚ, ਹੈ ਨਾ। ਅਤੇ ਜ਼ਰੂਰ ਬਣਾਇਓ, ਐਂਡ ਯੂ ਕੈਨ ਡੂ ਸੋ ਮੈਨੀ ਫੋਟੋ ਸ਼ੂਟਸ। ਲਾਈਕ ਆਪਾਂ ਤਾਂ ਬੇਕਰੀ ਵਾਲਾ ਕਰਨਾ ਵਾ, ਬਾਕੀ ਤੁਸੀਂ ਪ੍ਰੋਪਰ ਸ਼ੈਫ ਵਾਲਾ ਵੀ ਕਰ ਸਕਦੇ ਹੋ, ਹੋਰ ਕਾਫੀ ਸਾਰੀ ਆਪਸ਼ਨਸ ਹੁੰਦੀਆਂ ਨੇ। ਅਤੇ ਜ਼ਰੂਰ ਟਰਾਈ ਕਰਨਾ। ਅਤੇ ਲੈਟਸ ਮੂਵ ਔਨ ਟੂ ਆਵਰ ਹਾਫ ਵੇ ਟੂ ਵਨ ਕੇਕ ਟੋਪਰ। ਇਹਦੇ ਵਾਸਤੇ ਸਭ ਤੋਂ ਪਹਿਲਾਂ ਮੈਂ ਇੰਟਰਨੈਟ 'ਤੇ ਜਿਹੜਾ ਵੀ ਮੇਰਾ ਪਸੰਦ ਦਾ ਹਾਫ ਵੇ ਟੂ ਵਨ ਵਾਲਾ ਡਿਜ਼ਾਇਨ ਸੀ ਉਹ ਮੈਂ ਫਾਈਨ ਕਰ ਲਿਆ, ਔਰ ਉਸ ਤੋਂ ਬਾਅਦ ਉਹਨੂੰ ਆਪਾਂ ਟਰੇਸ ਕਰ ਲਿਆ ਆਪਣੇ A4 ਸਾਈਜ਼ ਦੇ ਪੇਪਰ ਦੇ ਉੱਤੇ। ਜੇ ਤੁਹਾਨੂੰ ਯਾਦ ਹੋਏਗਾ ਮੈਂ ਪਿਛਲੀ ਵਾਰ ਕਰਾਊਨ ਬਣਾਇਆ ਸੀਗਾ, ਅਤੇ ਮੇਰੇ ਕੋਲ ਹਜੇ ਵੀ ਇਹ ਵਾਲਾ ਗਲਿਟਰ ਵਾਲਾ ਪੇਪਰ ਜਿਹੜਾ ਹੋਇਆ ਪਿਆ ਹੋਇਆ ਵਾ, ਅਸੀਂ ਉਹਨੂੰ ਹੀ ਯੂਜ਼ ਕਰਾਂਗੇ ਅਤੇ ਉਹਦੇ ਉੱਤੇ ਆਪਾਂ ਇਹਨੂੰ ਕੱਟ ਕਰ ਲਵਾਂਗੇ। ਓਕੇ, ਤਾਂ ਆਹ ਵਾਲਾ ਜਿਹੜਾ ਮੇਰੇ ਕੋਲ ਗਲਿਟਰ ਵਾਲਾ ਪੇਪਰ ਆ, ਅਸੀਂ ਹੁਣ
ਆਪਣੀ ਜਿਹੜੀ A4 ਸ਼ੀਟ ਆ ਇਹਦੇ ਉੱਪਰ ਸਟੇਪਲ ਕਰ ਲਵਾਂਗੇ ਅਤੇ ਫਿਰ ਜਿਸ ਤਰ੍ਹਾਂ ਵੀ ਸਾਡਾ ਡਿਜ਼ਾਈਨ ਆ ਜਿਸ ਤਰ੍ਹਾਂ ਵੀ ਵਰਡਿੰਗਸ ਆ ਉਹਦੇ ਅਕੋਰਡਿੰਗ ਇਹਨੂੰ ਆਪਾਂ ਕੱਟ ਕਰ ਲਵਾਂਗੇ ਐਂਡ ਮੇਰਾ ਹਾਫ ਵੇ ਟੂ ਵਨ ਵਾਲਾ ਜਿਹੜਾ ਕੇਕ ਟੋਪਰ ਆ ਉਹ ਰੈਡੀ ਆ ਉੱਪਰ ਮੈਂ ਕਰਾਊਨ ਦੇ ਉੱਤੇ ਥੋੜ੍ਹੇ ਜਿਹੇ ਬਿੰਦੀਆਂ ਲਗਾ ਦਿੱਤੀਆਂ ਜਿਹਨੂੰ ਥੋੜ੍ਹਾ ਜਿਹਾ ਕਰਾਊਨ ਦਾ ਇਫੈਕਟ ਆਵੇ ਅਤੇ ਦੈਟਸ ਇਟ ਹੁਣ ਆਪਾਂ ਇਹਦੇ ਸਟੈਂਡ ਬਣਾਵਾਂਗੇ ਤਾਂ ਕਿ ਇਹ ਆਪਾਂ ਕੇਕ ਦੇ ਅੰਦਰ ਇਹਨੂੰ ਲਗਾ ਸਕੀਏ ਐਂਡ ਦੈਟਸ ਇਟ ਸਾਡਾ ਕੇਕ ਟੋਪਰ ਜਿਹੜਾ ਵਾ ਬਿਲਕੁਲ ਰੈਡੀ ਆ ਇਹਦੇ ਸਟੈਂਡ ਵਾਸਤੇ ਮੈਂ ਯੂਜ਼ ਕੀਤਾ ਕਰੋਸ਼ੀਆ ਕਰੋਸ਼ੀਆ ਦੇ ਉੱਤੇ ਜਿਹੜੇ ਆਪਾਂ ਗਲੈਡ ਰੈਪ ਨੂੰ ਲਪੇਟ ਦਿੱਤਾ ਔਰ ਇਹਨੂੰ ਆਪਾਂ ਐਜ਼ ਅ ਸਟੈਂਡ ਯੂਜ਼ ਕਰ ਲਿਆ ਇਹਨੂੰ ਸੈਲੋ ਟੇਪ ਦੀ ਹੈਲਪ ਦੇ ਨਾਲ ਅਸੀਂ ਅਟੈਚ ਕਰ ਲਿਆ ਸੀਗਾ ਅਤੇ ਹੁਣ ਆਪਾਂ ਇਹਨੂੰ ਕੇਕ ਦੇ ਉੱਤੇ ਯੂਜ਼ ਕਰਾਂਗੇ ਆਈ ਹੋਪ ਤੁਹਾਨੂੰ ਇਹ DIY ਵਾਲੀ ਵੀਡੀਓ ਵਧੀਆ ਲੱਗੀ ਹੋਵੇਗੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਟੂ ਆਰ ਚੈਨਲ ਆਰ ਲਿਟਲ ਦੁਨੀਆ ਮਿਲਾਂਗੇ ਨੈਕਸਟ ਵੀਡੀਓ 'ਚ ਬਾਏ